ਮਾਈ ਮੇਰਾ ਨਿੱਕਾ ਆ ਗਿਆ ਅੱਜ ਅਸੀਂ ਇਸ ਫਿਲਮ ਦੇ ਸੈੱਟ ਦੇ ਉੱਤੇ ਹਾਂ ਤੇ ਆ ਜਾਓ ਫਿਰ ਗੱਲਾਂ ਬਾਤਾਂ ਕਰ ਅੱਜ ਸੀਨ ਦੇ ਵਿੱਚ ਬਹੁਤ ਵੱਡੇ ਵੱਡੇ ਫਨਕਾਰ ਆਏ ਨੇ ਫਨਕਾਰਾਂ ਦੇ ਨਾਲ ਤੁਹਾਨੂੰ ਮਿਲਾਉਣੇ ਹੈਗੇ ਆ ਕਹਿੰਦੇ ਚਲੇ ਗਏ ਹੈ ਨਾ ਤੁਸੀਂ ਕਿਆ ਕਰੋ ਫਿਲਮ ਵਾਲਿਆਂ ਨੂੰ ਮੈਂ ਨੀ ਹਰਦੀਪ ਦੀ ਘਰ ਵਾਲੀ ਬਣਨਾ ਭੱਜਣ ਮਰ ਕੇ ਮੈਂ ਭੱਲਾ ਭਾਜੀ ਕਰਾਂ ਭੱਲਾ ਭਾਜੀ ਕਰਾਂ ਜ਼ਿੰਦਗੀ 'ਚ ਪਹਿਲੀ ਵਾਰੀ ਮੈਨੂੰ ਨਾ ਬੰਬੀ ਧਾਲੀਵਾਲ ਭਾਜੀ ਨਾ ਉਹਨਾਂ ਦੇ ਆਪੋਜ਼ਿਟ ਜੱਟ ਵਗੈਰਾ ਪਾਇਲਟ ਕਰਤਾ ਪਹਿਲਾ ਸੀਨ ਤੇ ਮੈਂ ਜਦੋਂ ਡਾਇਲੋਗ ਬੋਲਾਂ ਤੇ ਨਾਲ ਮੈਂ ਭਾਜੀ ਸ਼ੁਰੂ ਕਰਤਾ ਭਾਜੀ ਭਾਜੀ ਹਾਏ ਹਾਏ ਦੋ ਢਾਈ ਘੰਟੇ ਲੱਗ ਗਏ ਨਿਕਲੇ ਹੀ ਨਾ ਭਾਜੀ ਉੱਧਰ ਹਟੇ ਹੀ ਨਾ ਕਿਤੇ ਅੱਛਾ ਫਿਰ ਵਾਵਾ ਨਾ ਮਤਲਬ ਉਹਨਾਂ ਨੇ ਮੇਰਾ ਮਾਈਂਡ ਜਿਹਾ ਕੀਤਾ ਵਾਸ਼ ਵੀ ਸੀਨ ਸ਼ੁਰੂ ਕੀਤਾ ਤੇ ਉਹ ਸੀਨ ਸੀਗਾ ਕਿ ਮੈਂ ਬੈੱਡ ਦੇ ਉੱਤੇ ਚਾਦਰ ਚੁਦਰ ਜੀ ਸੈੱਟ ਕਰਦੀ ਤਾਂ ਆਉਂਦੇ ਨੇ ਬਾਹਰੋਂ ਘਰ ਨੂੰ ਪੁੱਛਦੇ ਕੀ ਕਰਨ ਲਈ ਉਹ ਆਏ ਕੀ ਕਰਨ ਲਈ ਮੈਂ ਕੁਝ ਨਹੀਂ ਆ ਭਾਜੀ ਬਸ ਚਾਦਰਾਂ ਦੀਆਂ ਉਹਨਾਂ ਨੇ ਕਿਹਾ ਨੀ ਇਹ ਚਾਦਰਾਂ ਨਹੀਂ ਸੈੱਟ ਕਰੀ ਦੀਆਂ ਆਪ ਸੈੱਟ ਹੋ ਕੇ ਬੈਠੀ ਦਾ ਭਾਰੀ ਭਾਰੀ ਗਈ ਉਰੀ ਇੰਨਾ ਜ਼ਿਆਦਾ ਹੋ ਜਾਂਦਾ ਨਾ ਹੁਣ ਜਦੋਂ ਦੇ ਮੇਰੇ ਪਤੀ ਬਣਨਾ ਸ਼ੁਰੂ ਹੋਏ ਮੈਂ ਇਹਨਾਂ ਨੂੰ ਹੁਣ ਭਾਜੀ ਥੋੜਾ ਜਿਹਾ ਕਹਿੰਦੀ ਪਰ ਸਾਇਲੈਂਟ ਨਹੀਂ ਕਹਿੰਦੀ ਕਹਿਣ ਲੱਗੇ ਮੈਂ ਉਸ ਨੂੰ ਚਾਹਤੀ ਨਹੀਂ ਹੁੰਦੀ ਮੈਰਿਜ ਬੈਲੈਂਸ ਬੈਂਡ ਬਣੀ ਆ ਕੋਈ ਨੀ ਮਹਾਰਾਜ ਕਰੀ ਸਾਨੂੰ ਵੀ ਤਰੱਕੀਆਂ ਦਊ ਮੈਂ ਭਾਜੀ ਸਾਡੇ ਵਿੱਚ ਬਾਲ ਖੇਡਣਗੇ ਸਾਡੇ ਸਾਨੂੰ ਵੀ ਤਰੱਕੀਆਂ ਦਊ ਮਹਾਰਾਜ ਡਾਕਟਰ ਖਟੜਾ
ਹੈਡ ਆਫ ਦੀ ਡਿਪਾਰਟਮੈਂਟ ਨੇ ਕਹਿਤਾ ਵੀ ਤੁਸੀਂ ਦੋਨੋਂ ਜਾਣੇ ਇੱਕ ਗੱਲ ਹੈਗਾ ਸੌਂਗ ਹੈ ਨਾ ਨੇ ਬਹੁਤ ਲੌਂਚ ਹੋ ਲਿਆ ਭਾਜੀ ਦੇ ਨਾਲ ਚਲੋ ਬਸ ਇੱਧਰ ਦੇਖਣੀ ਨਾ ਉਹੀ ਪੜੀ ਆਜਾ ਭਾਜੀ ਮੈਮ ਆ ਜਾਓ ਸਰ ਆ ਜਾਓ ਭਾਜੀ ਆ ਜਾਓ ਹਾਂ
ਬਸ